ਵਾਲੇਕੁਮ ਸਲਾਮ ਕੀ ਹਾਲ ਹੈ ਜਨਾਬ ਖਰੀਅਤ ਹੈ ਤੁਸੀਂ ਸੁਣਾਓ ਸਾਹਿਬ ਵਾਲੇਕੁਮ ਸਲਾਮ ਕੀ ਹਾਲ ਹੈ ਔਰ ਮਾਰ ਡੰਗਰ ਸਾਹਿਬ ਕੀ ਹਾਲ ਹੈ ਇਕਬਾਲ ਸਾਹਿਬ ਅਲਹਮਦੁਲਿਲਾ ਚੋਰੀ ਸਾਹਿਬ ਪਹੁੰਚ ਗਏ ਜਨਾਬ ਅਲਹਮਦੁਲਿਲਾ ਜਨਾਬ ਪਹੁੰਚ ਗਏ ਅਸਾਂ ਵੀ ਚੋਰੀ ਸਾਹਿਬ ਦੇ ਕੋ ਮਸ਼ਵਰੇ ਲੈਣ ਵਾਸਤੇ ਬੜਾ ਅੱਛਾ ਹੋਇਆ ਤੁਸੀਂ ਤਸ਼ਰੀਫ ਲਿਆਏ ਸੁਣਾਓ ਕੈਸੀਆਂ ਫਸਲਾਂ ਨੇ ਚੋਰੀ ਸਾਹਿਬ ਅਲਹਮਦੁਲਿਲਾ ਠੀਕ ਹੈ ਮੁੰਜੀ ਮੁੰਜੀ ਦਾ ਕੀ ਹਾਲ ਹੈ ਤੁਹਾਡੀ ਦਾ ਨਿਸਰ ਵੀ ਇਹ ਪੱਕ ਰਹੀ ਹੈ ਕਿ ਨਹੀਂ ਸਾਡੀ ਦੇ ਦੀ ਪੱਕ ਗਈ ਹੈ ਹਾਂਜੀ ਕੁਝ ਪੱਕ ਗਈ ਜਿਹੜੀ ਕੋਈ ਪਹਿਲੇ ਲਾਈ ਸੀ ਨਾ ਮੋਟੀ ਮੋਟੀ ਜੀ ਮੁੰਜੀ ਉਹ ਪੱਕ ਗਈ ਹੈ ਤੇ ਕੋ ਕੱਟ ਰਹੇ ਨੇ ਤੇ ਕੋ ਹੁਣ ਵਿਹਲੇ ਕਰ ਰਹੇ ਨੇ ਆਪਣਾ ਉਹ ਹਾਂਜੀ ਜੋ ਅਲਹਮਦੁਲਿਲਾ ਬਹੁਤ ਅੱਛੀ ਫਸਲ ਹੈ ਮੁੰਜੀ ਸਾਡੀ ਜੀ ਇਹਨਾਂ ਫਸਲ ਹਾਂਜੀ ਪੱਕਦੇ ਰਹੀ ਲੇਕਿਨ ਪਾਣੀ ਥੋੜਾ ਥੋੜਾ ਅਸੀਂ ਅਜੇ ਕਟਾਈ ਨਹੀਂ ਸ਼ੁਰੂ ਕੀਤੀ ਪਾਣੀ ਅਜੇ ਖੜਾ ਪਾਣੀ ਖੜਾ ਬਾਰਿਸ਼ਾਂ ਅੱਛੀਆਂ ਹੋਈਆਂ ਸੀ ਨਾ ਸਾਨੂੰ ਪਾਣੀ ਦੀ ਬੜੀ ਬੱਚਤ ਹੋ ਗਈ ਪਾਣੀ ਲਾਣਾ ਨਹੀਂ ਪਿਆ ਟੂਬਲਾਂ ਤੋਂ ਅਸੀਂ ਬਚ ਗਏ ਬਿਜਲੀ ਬਚ ਗਈ ਚੋਰੀ ਸਾਹਿਬ ਬੜੀ ਬੱਚਤ ਹੋਈ ਜੇ ਕਿਉਂਕਿ ਜਿਸ ਤਰ੍ਹਾਂ ਪੈਟਰੋਲ ਔਰ ਡੀਜ਼ਲ ਮਹਿੰਗਾ ਹੋਇਆ ਸੀ ਤੇ ਮਾੜੇ ਕਿਸਾਨ ਦਾ ਬੜਾ ਫਾਇਦਾ ਹੋਇਆ ਅੱਛਾ ਹੋ ਗਿਆ ਬਸ ਸ਼ੁਕਰ ਹੈ ਖੁਦਾ ਦਾ ਇੱਧਰ ਦੱਸੇ ਸਾਨੂੰ ਬੜੀ ਅੱਲਾ ਪਾਕ ਦੀ ਰਹਿਮਤ ਪੰਜਾਬ ਵੱਲ ਕੋਈ ਸਲਾਬ ਆਏਗਾ ਜਾਂ ਬਾਰਿਸ਼ਾਂ ਹੋਣਗੀਆਂ ਉੱਧਰ ਦੱਸੋ ਸਾਨੂੰ ਕਪਾਸ ਵਗੈਰਾ ਤੁਹਾਡੀ ਉੱਚੀ ਜਗ੍ਹਾ ਤੇ ਬਚ ਗਈ ਸੀ ਉਹ ਖੇਡ ਰਹੀ ਹੁੰਦੀ ਚਨਾਈ ਕਰੋ ਤੇ ਮਾਲ ਮਵੇਸ਼ੀ ਦਾ ਜਿਹੜੇ ਬਚ ਗਏ ਇਹਨਾਂ ਮਾਲ ਮਵੇਸ਼ੀ ਉਹਨਾਂ ਦਾ ਖਿਆਲ ਕਰੋ ਤੇ ਜਨੂਬੀ ਪੰਜਾਬ ਚ ਫਿਲਹਾਲ ਤੇ ਕੋਈ ਛਿੱਟੇ ਛੁੱਟੇ ਪੈ ਸਕਦੇ ਬਾਰਿਸ਼ ਨੀ ਇੰਨੀ ਹੋਈ ਹੈ ਤੇ ਚੋਰੀ ਸਾਹਿਬ ਡੈਂਗੀ ਬੜਾ ਨਿਕਲਿਆ ਮੱਛਰ ਬੜਾ ਹੋ ਗਿਆ ਮੱਛਰ ਫਿਰ ਹੋਣਾ ਹੀ ਸੀ ਜੀ ਗੌਰਮੈਂਟ ਸਪਰੇ ਕਰ ਰਹੀ ਹੈ ਲੇਕਿਨ ਇਹਨੂੰ ਖਤਮ ਨਹੀਂ ਅਸੀਂ ਕਰ ਸਕਦੇ ਗੌਰਮੈਂਟ ਬੜੀ ਕੋਸ਼ਿਸ਼ ਕਰ ਰਹੀ ਸਪਰੇ ਕਰ ਰਹੀ ਹੈ ਆਪਣੀ ਟੀਮਾਂ ਹੀ ਭੇਜ ਰਹੀ ਹੈ ਲਾਰਵੇ ਤਲਫ ਹੋ ਰਹੇ ਨੇ ਲੇਕਿਨ ਕੁਦਰਤੀ ਨਿਜ਼ਾਮ ਇਹਨੇ ਹੋਣਾ ਹੀ ਹੋਣਾ ਹੈ ਇਹ ਤਕਰੀਬਨ ਜਦੋਂ 35 ਟੈਂਪਰੇਚਰ ਮੈਕਸੀਮਮ ਹੋ ਜਾਏਗਾ ਤੇ ਮਿਨੀਮਮ 15 ਹੋ ਜਾਏਗਾ ਉਹ ਫਿਰ ਉਹ ਆਟੋਮੈਟਿਕ ਹੀ ਖਤਮ ਹੋ ਜਾਏਗਾ ਲੇਕਿਨ ਇਸ ਦੌਰਾਨ ਟੈਂਪਰੇਚਰ ਜਿਹੜਾ ਨਾ ਸੁਬਾ ਜ਼ਿਆਦਾ ਹੁੰਦਾ ਹੈ ਰਾਤ ਨੂੰ ਵਾਹਵਾ ਹੁੰਦਾ ਹੈ ਤੇ ਡਿੰਗੀ ਪਰਵਿਸ਼ ਪਾਉਂਦਾ ਹੀ ਪਿਆ ਹੈ ਅੱਛਾ ਹਲੇ ਵਧੇਗਾ ਯਾਨੀ ਡਿੰਗੀ ਹਾਂਜੀ ਅਜੇ ਵਧੇਗਾ ਨੰਬਰ ਤੱਕ ਨਾ ਡਿੰਗੀ ਦਾ ਵਧੇ ਹੀ ਕਰਦਾ ਹੈ ਜਦ ਤੱਕ ਮਿਨੀਮਮ ਟੈਂਪਰੇਚਰ 14-15 ਨਹੀਂ ਆਉਂਦਾ ਹੈ ਹਾਂ ਉਦੋਂ ਤੱਕ ਇਹ ਹਲੇ ਪਰਵਿਸ਼ ਪਾਏਗਾ ਪਰਵਿਸ਼ ਬੰਦਾ ਹੈ ਪਾਏਗਾ ਚੋਰੀ ਸਾਹਿਬ ਸਾਨੂੰ ਦੱਸੇ ਤਿਆਤ ਹੈ ਇਹ ਕਿ ਤੁਸੀਂ ਜਿਹੜੀਆਂ ਟੀਮਾਂ ਨਾ ਉਹਨਾਂ ਕੋਲ ਘਰ ਬਾਹਰ ਆਪਣੇ ਸਾਰੇ ਸਪਰੇ ਕਰੋ ਸਹੀ ਹੈ ਜਿਹੜੇ ਪਾਣੀ ਵਗੈਰਾ ਖੜਾ ਹੈ ਗੜਿਆਂ 'ਚ ਮਿੱਟੀ ਪਵਾ ਦਿਓ ਔਰ ਉੱਤੇ ਜਿਹੜਾ ਨਾ ਮਿੱਟੀ ਦਾ ਤੇਲ ਛਿੜਕਾਓ ਕਰ ਦਿਓ ਅਗਰ ਕੈਮੀਕਲ ਬਾਜ਼ਾਰੋਂ ਮਿਲਦਾ ਤੇ ਲਿਆ ਕੇ ਨਾ ਫੁਹਾਰਿਆਂ ਨੂੰ ਸਪਰੇ ਕਰ ਦਿਓ ਨਹੀਂ ਤੇ ਮਿੱਟੀ ਦਾ ਤੇਲ ਹੀ ਛਿੜਕਾਓ ਕਰ ਦਿਓ ਖਤਮ ਹੋ ਜਾਏਗਾ ਮਾਲ ਮਵੇਸ਼ੀ ਕੋਲ ਸ਼ਾਮ ਨੂੰ ਤੁਸੀਂ ਗੋਬਰ ਇਕੱਠਾ ਜਿਹੜਾ ਹੁੰਦਾ ਨਾ ਸੁੱਕਾ ਉਹਨੂੰ ਅੱਗ ਲਾਓ ਬਾਰਿਸ਼ਾਂ ਤੇ ਅੱਗੇ ਹੋਣੀਆਂ ਥੋੜੀਆਂ ਬਹੁਤੀਆਂ ਲੇਕਿਨ ਡਿੰਗੀ ਤੋਂ ਬਚਣ ਵਾਸਤੇ ਸਾਨੂੰ ਸਪਰੇ ਦੀ ਬੜੀ ਜ਼ਰੂਰਤ ਹੈ ਇਤਿਆਦ ਦੀ ਬੜੀ ਜ਼ਰੂਰਤ ਹੈ ਕੱਟੇ ਫੱਟੇ ਜਿਹੜੇ ਫਲ ਨੇ ਨਾ ਨਕਾਰਾ ਬੇਕਾਰ ਉਹ ਬੱਚਿਆਂ ਨਹੀਂ ਦੇਣੇ ਇਤਿਆਦ ਬੜੀ ਜ਼ਰੂਰੀ ਹੈ ਗਲੇ ਦੀ ਖਰਾਬੀ ਵਾਸਤੇ ਤੁਸੀਂ ਜਿਹੜਾ ਇਹਨਾਂ ਨਮਕੀਨ ਪਾਣੀ ਦੇ ਗਰਾਰੇ ਕਰਨੇ ਨੇ ਤੇ ਜਦੋਂ ਵੀ ਤੁਹਾਨੂੰ ਕੋਈ ਐਸੀ ਮਰਜ਼ ਤਕਲੀਫ ਪਤਾ ਲੱਗੇ ਬੁਖਾਰ ਚੜ੍ਹਿਆ ਤੇ ਫੌਰਨ ਤੁਸੀਂ ਹਸਪਤਾਲਾਂ ਦਾ ਰੁੱਖ ਕਰਨਾ ਗੌਰਮੈਂਟ ਨੇ ਹਰ ਸਰਕਾਰੀ ਹਸਪਤਾਲ 'ਚ ਡਿੰਗੀ ਦੇ ਇਲਾਜ ਵਾਸਤੇ ਬੜੀ ਅੱਛੀ ਮੈਡੀਸਨ ਪਹੁੰਚਾ ਦਿੱਤੀ ਹੈ ਵਾਫਰ ਮਿਕਦਾਰ 'ਚ ਇਤਿਆਦ ਬੜੀ ਜ਼ਰੂਰੀ ਬਿਲਕੁਲ ਚੋਰੀ ਸਾਹਿਬ ਇਨਸ਼ਾਅੱਲਾ ਇਹ ਜਿਹੜਾ ਹੈ ਨਾ ਗੌਰਮੈਂਟ ਵੀ ਬੜੇ ਅੱਛੇ ਫੈਸਲੇ ਕਰ ਰਹੀ ਹੈ ਤੇ ਸਾਡੇ ਜਿਹੜੇ ਹੁਕਮਰਾਨ ਨੇ ਨਾ ਸੈਕਟਰੀ ਦੂਸਰੇ ਤੀਸਰੇ ਸਾਰੀਆਂ ਮੀਟਿੰਗਾਂ ਕਰਦੇ ਡਿੰਗੀ ਤੋਂ ਬਚਾਉਣ ਵਾਸਤੇ ਬਹੁਤ ਅੱਛਾ ਇੰਤਜ਼ਾਮ ਕਰਦੇ ਬੜੀ ਅੱਛੀ ਗੱਲ ਹੈ ਆਪਣਾ ਲਾ ਦੋ ਸ਼ਲਜਮ ਲਾ ਦੋ ਮੂਲੀ ਲਾ ਦੋ ਬਿਲਕੁਲ ਪਾਲਕ ਲਾ ਦਿਓ ਸਹੀ ਤੇ ਉਹ ਜਦੋਂ ਤੱਕ ਤੁਹਾਡੀ ਕਾਸ਼ਤ ਹੋਣੀ ਹੈ ਨਾ ਗੰਦਮ ਤੇ ਇੱਕ ਦਿਨ ਚ ਤੁਸੀਂ ਕੱਟ ਕੇ ਧਨੀਆ ਲਾ ਦਿਓ ਤੇ ਬੇਚ ਕੇ ਜ਼ਮੀਨ ਖਾਲੀ ਹੋ ਜਾਏਗੀ
ਜਾਏਗੀ ਜਿਹੜੀ ਜਿਹੜੀ ਖਾਲੀ ਉਹਨੇ ਇਸ ਤਰ੍ਹਾਂ ਤੁਸੀਂ ਉਹਦਾ ਫਿਰ ਉਹਦਾ ਯਾਨੀ ਕਣਕ ਵਾਸਤੇ ਅੱਗੇ ਸਾਡੀ ਤਿਆਰ ਹੋ ਜਾਏਗੀ ਬੜਾ ਫਾਇਦਾ ਹੈਗਾ ਡੇਢ ਦੋ ਮਹੀਨੇ ਦੀ ਇਹ ਸਬਜ਼ੀ ਹੈਗੀ ਇਹਦੇ ਬੜਾ ਵਾਕਿਆ ਜਿਹੜਾ ਨੁਕਸਾਨ ਹੋਇਆ ਨਾ ਤੁਹਾਡਾ ਇਨਸ਼ਾਅੱਲਾ ਪੂਰਾ ਹੋ ਜਾਏਗਾ ਅੱਲਾਹ ਅੱਲਾਹ ਪਾਕ ਕਰਨ ਵਾਲੇ ਚੌਰੀ ਸਾਹਿਬ ਬੜੀ ਬੜੀ ਮਿਹਰਬਾਨੀ ਜਨਾਬ ਠੀਕ ਹੈ।